ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਚੈਪਟਰ 10 ਦੇ ਸ਼ਾਰਟ ਕੁਐਸਚਨ ਆਨਸਰ ਤੁਹਾਡਾ ਪਹਿਲਾ ਕੁਐਸਚਨ ਹੈ ਵਾਟ ਵਾਸ ਦਾ ਚੀਫ ਆਬਜੈਕਟਿਵ ਆਫ ਮਿਸ ਬੀਮ ਸਕੂਲ ਕਹਿੰਦੇ ਕਿ ਜਿਹੜੀ ਮਿਸ ਬੀਮ ਹੈ ਉਹਦੇ ਸਕੂਲ ਦਾ ਮੁੱਖ ਉਦੇਸ਼ ਕੀ ਹੈ ਠੀਕ ਹੈ ਚੀਫ ਆਬਜੈਕਟਿਵ ਮਤਲਬ ਮੁੱਖ ਉਦੇਸ਼ ਕੀ ਹੈ ਆਨਸਰ ਪੜ੍ਹਦੇ ਹਾਂ ਦਾ ਚੀਫ ਆਬਜੈਕਟਿਵ ਵਾਸ ਟੂ ਟ੍ਰੇਨ ਟ੍ਰੇਨ ਸਟੂਡੈਂਟ ਇਨ ਹਿਊਮੈਨਿਟੀ ਮੈਨਟੀ ਮਤਲਬ 휴머니티 ਮਤਲਬ ਹੁੰਦਾ ਮਨੁੱਖਤਾ ਔਰ ਸਿਟੀਜ਼ਨਸ਼ਿਪ ਨਾਗਰਿਕਤਾ ਔਰ ਥਾਟਫੁਲਨੈਸ ਮਤਲਬ ਚਿੰਤਨਸ਼ੀਲ ਬਣਾਣਾ ਠੀਕ ਹੈ ਵਿਚਾਰਸ਼ੀਲ ਬਣਾਣਾ ਜਾਂ ਚਿੰਤਨਸ਼ੀਲ ਬਣਾਣਾ ਕਹਿੰਦੇ ਨੇ ਕਿ ਮਿਸ ਬੀਮ ਦੇ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਨੁੱਖਤਾ ਨਾਗਰਿਕਤਾ ਨਾਗਰਿਕਤਾ ਅਤੇ ਚਿੰਤਨਸ਼ੀਲ ਵਿੱਚ ਸਿੱਖਲਾਈ ਦੇਣਾ ਹੈ it also taught school subject which was taught by other school ਕਹਿੰਦੇ ਕਿ ਇਸ ਸਕੂਲ ਵਿੱਚ ਹੋਰ ਵੀ ਉਹ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਨੇ ਜਿਹੜੇ ਕਿ ਦੂਜੇ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਨੇ ਸਾਡਾ ਜਿਹੜਾ ਸੈਕੰਡ ਕੁਐਸਚਨ ਹੈ ਉਹ ਕਹਿੰਦੇ ਕਿ ਹਰ ਫਿਗਰ ਹੈਡ ਹੈਡ ਏ ਫੁੱਲਨੈਸ ਲਾਈਕਲੀ ਟੂ ਬੀ ਕੰਫਰਟਿੰਗ ਟੂ ਏ ਹੋਮ ਸਿਕ ਚਾਈਲਡ ਕਹਿੰਦੇ ਨੇ ਕਿ ਉਸ ਦੀ ਜਿਹੜੀ ਤਸਵੀਰ ਉਸ ਦੀ ਜਿਹੜੀ ਸਵੀ ਹੈ ਇੱਕ ਘਰੇਲੂ ਬੱਚੇ ਦੀ ਬੱਚੇ ਲਈ ਦਿਲਾਸਾ ਦੇਣ ਦੀ ਸੰਭਾਵਨਾ ਹੈ ਮਤਲਬ ਉਹਦੇ ਵੱਲ ਵੇਖ ਕੇ ਬੱਚੇ ਨੂੰ ਦਿਲਾਸਾ ਮਿਲਦਾ ਹੈ ਐਕਸਪਲੇਨ ਵਟ ਯੂ ਅੰਡਰਸਟੈਂਡ ਬਾਈ ਥਿਸ ਕਹਿੰਦੇ ਕਿ ਮਤਲਬ ਇਹਨੂੰ ਵਿਆਖਿਆ ਕਰੋ ਕਿ ਤੁਸੀਂ ਇਸ ਚੀਜ਼ ਤੋਂ ਕੀ ਸਿੱਖਦੇ ਹੋ ਤੁਹਾਡਾ ਆਨਸਰ ਕੀ ਹੈ ਮਿਸ ਬੀਮ ਲੁੱਕਡ ਅ ਰੀਅਲ ਮਦਰਲੀ ਫਿਗਰ ਕਹਿੰਦੇ ਕਿ ਮਿਸ ਬੀਮ ਵਿੱਚ ਇੱਕ ਅਸਲੀ ਮਾਂ ਵਰਗੀ ਸਖਸੀਅਤ ਦਿਖਾਈ ਦਿੰਦੀ ਹੈ he was a middle aged oh ik atkhad umar di aurat hai she know to how control the student her student oh jandi hai ki apne bachiyan nu jehde student hai ohna nu kis tarah control vich kita jaye he was kindly and understanding oh bahut hi dayalu te samajhdar aurat hai her hair was turning gray ohde baal jehde ne ਗ੍ਰੇ ਕਲਰ ਮਤਲਬ ਜਿਸਾ ਵਾਈਟ ਵਾਈਟ ਵੀ ਵਿੱਚ ਹੈਗੇ ਨੇ ਤੇ ਬਲੈਕ ਵੀ ਹੈਗੇ ਨੇ ਤੇ ਉਹ ਕੀ ਗ੍ਰੇ ਸ਼ੇਡ ਮਾਰਦੇ ਨੇ ਹੀ ਵਾਸ ਅ ਸੋਰਸ ਆਫ ਕੰਫਰਟ ਟੂ ਦੋ ਚਿਲड्रन ਹੂ ਮਿਸਡ ਥੀਅਰ ਹਾਊਸ ਕੈ ਹੋਮ ਕਹਿੰਦੇ ਕਿ ਇਹ ਓ ਮਿਸ ਭੀਮ ਜਿਹੜੀ ਹੈ ਉਹਨਾਂ ਬੱਚਿਆਂ ਲਈ ਜਿਹੜਾ ਹੈ ਇੱਕ ਸੋਰਸ ਹੈਗੀ ਕਾ ਦਾ ਮਤਲਬ ਕਿ ਦਿਲਾਸੇ ਦਾ ਸੋਰਸ ਹੈ ਜਿਹੜੇ ਕਿ ਬੱਚੇ ਆਪਣਾ ਕਰ ਨੂੰ ਯਾਦ ਕਰਦੇ ਨੇ ਹੀ ਵਾਜ਼ ਲਾਈਕ a ਮਦਰ ਆਫ ਦਾ ਆਫ ਚਿਲड्रन ਕਹਿੰਦੇ ਕਿ ਉਹ ਬੱਚਿਆਂ ਦੀ ਮਾਂ ਵਰਗੀ ਐ ਠੀਕ ਹੈ ਉਹਦੇ ਵੱਲ ਵੇਖ ਕੇ ਬੱਚਿਆਂ ਨੂੰ ਕੀ ਮਿਲਦਾ ਦਿਲਾਸਾ ਮਿਲਦਾ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹ ਆਪਣੇ ਘਰ ਬੈਠੇ ਹੋਣ ਤੇ ਆਪਣੇ ਮਾਂ ਨਾਲ ਹੀ ਗੱਲ ਕਰਦੇ ਹੋਣ ਠੀਕ ਹੈ ਫਿਰ ਹੈਗਾ ਹਡਾ ਥਰਡ ਕੁਐਸਚਨ ਕਹਿੰਦੇ ਕਿ ਵਟ ਵਰ ਦਾ ਸਕਾਲੈਸਟਿਕ ਮੈਥਡ ਯੂਜ਼ਡ ਬਾਈ ਮਿਸ ਬੀਮ ਇਨ ਹਰ ਸਕੂਲ ਕਹਿੰਦੇ ਕਿ ਮਿਸ ਬੀਮ ਦੁਆਰਾ ਆਪਣੇ ਸਕੂਲ ਵਿੱਚ ਕਿਹੜੀ ਵਿਦਿਅਕ ਤਰੀਕੇ ਵਰਤੇ ਜਾਂਦੇ ਹਨ ਸਕਾਲੈਸਟਿਕ ਮਤਲਬ ਸਕਾਲੈਸਟਿਕ ਮਤਲਬ ਵਿਦਿਅਕ ਤਰੀਕੇ ਕਹਿ लो ਸਿੱਖਿਆ ਨਾਲ ਸੰਬੰਧਿਤ ਜਾਂ ਸਕੂਲ ਨਾਲ ਸੰਬੰਧਿਤ ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹੈਡ ਆਨਸਰ ਕੀ ਹੈ ਮਿਸ ਬੀਮਸ ਸਕੂਲੇਸਟ ਸਕਾਲੈਸਟ ਮੈਥਡ ਵਾਸ ਸਿੰਪਲ ਕਹਿੰਦਾ ਕਿ ਮਿਸ ਬੀਮ ਦੇ ਸਕੂਲ ਦਾ ਵਿਦਿਅਕ ਤਰੀਕਾ ਜਿਹੜਾ ਸਧਾਰਨ ਹੈ like other school student of her school also learnt spelling editing and subtracting multiply and writing kend ke dujje schoolan di tarah usde school vich vi vidyarthian nu spelling jor katao guna ਕਰਨ ਤੇ ਲਿਖਣਾ ਸਿਖਾਇਆ ਜਾਂਦਾ ਹੈ ਦੇ ਆਲਸੋ ਟਾਟੂ ਬਿਕਮ ਅ ਕਾਈਂਡ ਐਂਡ ਗੁੱਡ ਸਿਟੀਜ਼ਨ ਕਹਿੰਦੇ ਕਿ ਉਹਨਾਂ ਨੂੰ ਦਿਹਾਲੂ ਤੇ ਚੰਗੇ ਨਾਗਰਿਕ ਬੰਨਾ ਵੀ ਸਿਖਾ ਲਿਆ ਜਾਂਦਾ ਹੈ ਫਿਰ ਸਾਡਾ 4th ਕੁਐਸਚਨ ਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਪੜਾਂਗੇ ਕਹਿੰਦੇ ਨੇ ਕੀ ਵਟ ਵਾਸ ਸੋ origignal अबाउट ਮਿਸ ਬੀਮ ਸਕੂਲ ਕਹਿੰਦੇ ਕਿ ਅਸਲ ਵਿੱਚ ਮਿਸ ਬੀਮ ਦੇ ਹੈਗੀ ਹੈ ਉਹਦੇ ਸਕੂਲ ਦੀ ਮੌਲਿਕਤਾ ਕੀ ਹੈ ਕੀ ਹੈਗਾ ਕੀ ਹੈ ਤੁਹਾਡਾ ਆਨਸਰ ਕੀ ਹੈ ਕਹਿੰਦੇ ਦਾ originality of her school did not lie so much in taught as in training student in thoughtfulness humanity and good citizen humanely ਹਿਊਮੈਨਿਟੀ ਔਰ ਗੁੱਡ ਸਿਟੀਜ਼ਨ ਸੌਰੀ ਕਹਿੰਦੇ ਕਿ ਜਿਹੜਾ ਮਿਸ ਭੀਮ ਦਾ ਸਕੂਲ ਹੈ ਉਹਦੀ ਅਸਲੀਅਤ ਉਸ ਦੇ ਸਕੂਲ ਵਿੱਚ ਜਿਹੜੀ ਮੌਲਿਕਤਾ ਸੋਚ ਹੈ ਇੰਨਾ ਮਤਲਬ ਝੂਠੀ ਗੱਲ ਨਹੀਂ ਹੈ ਕਿ ਉਹ ਦੇ ਵਿੱਚ ਕੋਈ ਝੂਠ ਨਹੀਂ ਹੈ ਕਿ ਜਿਹੜੇ ਉਸ ਸਕੂਲ ਦੀ ਮੌਲਿਕਤਾ ਹੈ ਜਿੰਨਾ ਵਿਦਿਆਰਥੀਆਂ ਨੂੰ ਚਿੰਤਨ ਮਨੁੱਖਤਾ ਤੇ ਚੰਗੀ ਨਾਗਰਿਕਤਾ ਦੀ ਸਿੱਖਲਾਈ ਦੇਣ ਵਿੱਚ ਹੈ ਕਹਿੰਦੇ ਮਤਲਬ ਹੈ ਕਿ ਇਹ ਜਿਹੜੀਆਂ ਮਤਲਬ ਇਹ ਕਲੈਮਡੇ ਜਿਹੜਾ ਹੈ ਤੇ ਇੱਕ ਬਲਾਈਂਡਡੇ ਬਣਾਇਆ ਜਾਂਦਾ ਅਸਲ ਵਿੱਚ ਕਹਿੰਦੇ ਕਿ ਇਹ ਜਿਹੜੀ ਅਸਲੀ ਮੌਲਿਕਤਾ ਹੈ ਉਹ ਹੈਗੀ ਵਿਦਿਆਰਥੀਆਂ ਨੂੰ ਗੁੱਡ ਸਿਟੀਜ਼ਨ ਔਰ ਜਿਹੜੀ ਮਨੁੱਖਤਾ ਤੇ ਮਤਲਬ ਚੰਗੇ ਵਿਚ ਚਿੰਤਨਸ਼ੀਲ ਬਣਾਉਂਦੀ ਹੈ ਠੀਕ ਹੈ ਬੇਟਾ ਨੈਕਸਟ ਸਾਡਾ ਕੁਐਸਚਨ ਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਪੜਾਂਗੇ ਕਹਿੰਦੇ ਕਿ ਵਾਈ ਵਾਸ ਦਾ ਆਥਰ ਪ੍ਰੀਲੈਕਸਡ ਐਂਡ ਪੇਂਡ ਟੂ ਸੀ ਸਮ ਚਿਲड्रन ਇਨ ਮਿਸ ਇਨ ਮਿਸ ਬੀਮ ਸਕੂਲ ਕਹਿੰਦੇ ਕਿ ਜਿਹੜਾ ਆਥਰ ਹੈ ਉਹਨੇ ਜਿਹੜਾ ਕਹਾਣੀ ਹੈ ਜਾਂ ਕਹਾਣੀਕਾਰ ਹੈ ਲੇਖਕ ਹੈ ਉਹ ਮਿਸ ਬੀਮ ਦੇ ਸਕੂਲ ਵਿੱਚ ਵਿਦਿਆਰਥੀਆਂ ਨੂੰ ਦੇਖ ਕੇ ਪਰੇਸ਼ਾਨ ਤੇ ਦੁਖੀ ਕਿਉਂ ਹੋ ਜਾਂਦਾ ਹੈ पर परपलैक्स मतलब परपलैक्स मतलब दुखी परेशान क्यों हो जाता है हाड आंसर की है द ओथर वॉज परपलैक्सड एंड पेन्ड टू सी दैट द चिल्ड्रन इन मिस बीम स्कूल वर नोट ऑल एज हेल्थी एंड एक्टिव एज ही लेखक है ਉਹ ਇਹ ਦੇਖ ਕੇ ਪਰੇਸ਼ਾਨ ਹੋ ਗਿਆ ਕਿ ਜਿਹੜਾ ਪਰੇਸ਼ਾਨ ਹੋ ਗਿਆ ਔਰ ਚਿੰਤਾ ਉਹਨੂੰ ਲੱਗੀ ਕਿ ਜਿਹੜੇ ਮਿਸ ਵੀ ਦੇ ਸਕੂਲ ਦੇ ਸਟੂਡੈਂਟ ਐ ਉਹ ਉਹ ਹੈਲਥੀ ਵੀ ਨਹੀਂ ਹੈਗੇ ਠੀਕ ਹੈ ਸਿਹਤਮੰਦ ਨਹੀਂ ਹੈਗੇ ਤੇ ਨਾ ਹੀ ਐਕਟਿਵ ਹੈਗੇ ਨੇ ਜਿਸ ਤਰ੍ਹਾਂ ਕਿ ਬੱਚੇ ਹੋਣੇ ਚਾਹੀਦੇ ਆ ਠੀਕ ਹੈ ਹੀ ਇਜ਼ ਅ ਵਨ ਪੂਰ ਲਿਟਲ ਚਾਈਲਡ ਬੀਂਗ ਲੈਡ ਅਬਾਊਟ ਆਇੰਗ ਟੂ ਸਮ ਟ੍ਰਬਲਿੰਗ ਟ੍ਰਬਲ ਵਿਦ ਹਰ ਆਇਜ਼ ਕਹਿੰਦੇ ਕਿ ਉਸਨੇ ਇੱਕ ਗਰੀਬ ਜਿਹਾ ਬੱਚਾ ਵੇਖਿਆ ਜਿਹਦੇ ਅੱਖਾਂ ਵਿੱਚ ਕੋਈ ਪ੍ਰੋਬਲਮ ਹੀ ਠੀਕ ਹੈ ਫਿਰ ਕਹਿੰਦੇ ਹੀ ਆਲਸੋ ਸਾ ਅ ਗਰਲ ਵਿਦ ਅ ਕ੍ਰੈਚ ਵਾਚਿੰਗ ਹੀ ਵਾਚਿੰਗ ਦਾ ਅਦਰ ਐਟ ਪਲੇ ਕਹਿੰਦੇ ਕਿ ਫਿਰ ਉਹਨਾਂ ਨੇ ਵੇਖਿਆ ਕਿ ਇੱਕ ਲੜਕੀ ਹੈ ਜਿਹੜੀ ਕਿ ਲੰਗੜੀ ਹੈ ਤੇ ਉਹ ਬਿਸਾਕੀ ਨਾਲ ਚੱਲ ਰਹੀ ਹੈ ਤੇ ਬੱਚਿਆਂ ਨੂੰ ਵੇਖ ਰਹੀ ਮਤਲਬ ਬੱਚਿਆਂ ਨਾਲ ਖੇਡ ਰਹੀ ਹੈ ਸ਼ੀ ਸੀਮਡ ਟੂ ਬੀ ਹੋਪਲੈਸ ਕ੍ਰਿਪਲ ਕਹਿੰਦੇ ਕਿ ਉਹਨੂੰ ਮਤਲਬ ਇਹ ਸਾਰੇ ਬੱਚੇ ਵੇਖ ਕੇ ਇੱਕ ਆਸਹੀਨ ਅਪਾਹਜ ਮਤਲਬ ਲੱਗੀ ਜਿਹੜੀ ਲੜਕੀ ਸੀ ਕਰਚ ਜਿਹੜੀ ਬਿਸ਼ਾਖੇ ਨਾਲ ਤੁਰ ਰਹੀ ਸੀ ਉਹਨੂੰ ਬਹੁਤ ਹੀ ਆਸਹੀਨ ਜਿਹਨੂੰ ਕੋਈ ਉਮੀਦ ਨਹੀਂ ਹੁੰਦੀ ਜਿਹੜੇ ਆਪਣੀ ਜ਼ਿੰਦਗੀ ਤੋਂ ਤੰਗ ਹੋ ਗਈ ਹੈ ਤੇ ਉਹੋ ਜਿਹੇ ਬੱਚੇ ਨੂੰ ਲੱਗੇ ਰਾਈਟਰ ਨੂੰ ਹੁਣ ਕਹਿੰਦੇ ਨੇ ਕਹਿੰਦੇ ਕਿ ਵਾਟ ਡੂ ਯੂ ਅੰਡਰਸਟੈਂਡ ਬਾਈ ਮੇਮ ਡੇ ਕਹਿੰਦੇ ਕਿ ਮੀਮਡੇ ਤੋਂ ਮਤਲਬ ਕੀ ਆ ਭੰਗੜੇ ਜਿਹੜਾ ਹੈਗਾ ਉਹ ਕੀ ਮਤਲਬ ਹੈ ਲੰਗੜਾ ਠੀਕ ਹੈ ਇਹਦੇ ਤੋਂ ਤੁਸੀਂ ਕੀ ਸਮਝਦੇ ਹੋ ਤੁਹਾਡਾ ਆਨਸਰ ਕੀ ਹੈ ਕਹਿੰਦੇ ਕਿ ਇਹ ਮੀਮਡੇ ਮੀਮਡੇ ਇਨ ਮਿਸ ਬੀਮ ਸਕੂਲ ਮੀਨਡੇ ਅ ਸਟੂਡੈਂਟ ਵਿਲ ਹੈਵ ਟੂ ਐਕ ਐਸ ਐਕਟ ਐਸ ਅ ਜਰਨ ਪਰਸਨ ਫੋਰ ਦਾ ਹੋਲ ਡੇ ਕਹਿੰਦੇ ਕਿ ਜਿਹੜਾ ਹੈਗਾ ਮਿਸ ਭੀਮ ਦੇ ਸਕੂਲ ਵਿੱਚ ਜਿਹੜਾ ਮੇਮਡੇ ਹੈਗਾ ਉਸ ਤੋਂ ਭਾਵ ਹੈ ਕਿ ਇੱਕ ਵਿਦਿਆਰਥੀ ਨੂੰ ਸਾਰਾ ਦਿਨ ਇੱਕ ਜ਼ਖਮੀ ਆਦਮੀ ਦੀ ਤਰ੍ਹਾਂ ਜਿਹੜਾ ਐਕਟ ਕਰਨਾ ਪੈਂਦਾ ਹੈ ਠੀਕ ਹੈ ਵਨ ਆਫ ਹਿਸ ਲੈਗ ਇਜ਼ ਟਾਈਡ ਅਪ ਐਂਡ ਅਪੰਗ ਮਤਲ ਲੰਗੜਾ ਠੀਕ ਹੈ ਐਂਡ ਹੀ ਹੈਜ਼ ਟੂ ਹੋਪ ਅਬਾਊਟ ਓਨ ਅ ਕ੍ਰੱਚ ਕਹਿੰਦੇ ਕ੍ਰੱਚ ਕਹਿੰਦੇ ਕਿ ਉਹਨੂੰ ਉਹਦੀ ਇੱਕ ਲੱਤ ਜਿਹੜੀ ਬੰਨ ਦਿੱਤੀ ਜਾਂਦੀ ਹੈ ਤੇ ਦੂਜੀ ਲੱਤ ਦੇ ਮਤਲਬ ਉਹਨੂੰ ਸਿਰਫ ਵਿਸਾਖੀ ਦੇ ਸਹਾਰੇ ਹੀ ਚੱਲਿਆ ਜਾਂਦਾ ਹੈ ਓਨ ਇ ਮੈਲਟ ਦੇ ਐਥਰ ਮੈਂਡ ਮੈਮਡ ਦੇ ਐਨ ਆਰਮ ਆਫ ਦਾ ਚਿਲड्रन ਵਾਸ ਟਾਈ ਵਿਦ ਦੇ ਬੈਂਡੇਜ ਕਹਿੰਦੇ ਕਿ ਜਦੋਂ ਮੇਮ ਡੇ ਹੁੰਦਾ ਵਾ ਅਪਾਹਿਜ ਡੇ ਹੁੰਦਾ ਤੇ ਉਦੋਂ ਬੱਚੇ ਦੀ ਬਾਹ ਨੂੰ ਵੀ ਇੱਕ ਪੱਟੀ ਬੰਨ ਦਿੱਤੀ ਜਾਂਦੀ ਪੱਟੀ ਨਾਲ ਬੰਨ ਦਿੱਤਾ ਜਾਂਦਾ ਹੈ ਠੀਕ ਹੈ ਸ਼ੀ ਹੈਡ ਟੂ ਟੇਕ ਦਾ ਹੈਲਪ ਆਫ ਅਦਰ ਪਰਸਨ ਟੂ ਟੇਕ ਹਰ ਫੂਡ ਕਹਿੰਦੇ ਕਿ ਇਸ ਦਿਨ ਬੱਚੇ ਨੂੰ ਆਪਣੇ ਫੂਡ ਵਾਸਤੇ ਖਾਣਾ ਖਾਣ ਵਾਸਤੇ ਵੀ ਕਿਸੇ ਦੂਜੇ ਤੇ ਜਿਹੜਾ ਡਿਪੈਂਡ ਹੋਣਾ ਪੈਂਦਾ ਹੈ ਥਿਸ ਅਨਏਬਲਡ hard to understand that difficult of difficulties of a lame lamb and or maimed kende ki e sirf matlab es karke kita janda hai ki taan ji ik langde bande di jehdi mushkilan hai onu bachcha understand kar sake theek hai beta next hai hadda question hai kende ne 7 number te aa janda hai hadda question which day appeared to be most difficult and why ਕਹਿੰਦੇ ਕਿ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਡਿਫਿਕਲਟ ਦਿਨ ਕਿਹੜਾ ਹੁੰਦਾ ਹੈ ਤਾਂ ਕਿਉਂ ਹੁੰਦਾ ਹੈ ਹਾਂ ਦੱਸ ਕੀ ਹੈ 올 ਦਾ ਡੇ ਆਰ ਵੈਰੀ ਡਿਫਿਕਲਟ ਕਹਿੰਦੇ ਕਿ ਸਾਰੇ ਦਿਨ ਬਹੁਤ ਹੀ ਔਖੇ ਹੁੰਦੇ ਹਨ ਬਟ ਦਾ ਬਲਾਈਂਡ ਡੇ ਇਜ਼ ਮੋਸਟ ਡਿਫਿਕਲਟ ਬਿਕੋਜ਼ ਵਨ ਡਸ ਨੋਟ ਨਾਓ ਵੈਨ ਵਨ ਇਜ਼ ਗੋਇੰਗ ਟੂ ਸਟ੍ਰਾਈਕ ਅਗੇਂਸਟ ਸਮਥਿੰਗ ਕਹਿੰਦੇ ਕਿ ਜੇ ਸਾਰੇ ਦਿਨ ਤਾਂ ਮੁਸ਼ਕਲ ਹੁੰਦੇ ਪਰ ਜਿਹੜਾ ਅੰਨਾ ਬਣਨ ਦਾ ਦਿਨ ਹੈ ਉਹ ਬਹੁਤ ਹੀ ਜ਼ਿਆਦਾ ਬਾਕੀ ਸਾਰੇ ਦਿਨਾਂ ਤੋਂ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਇਸ ਦਿਨ ਬੱਚੇ ਨੂੰ ਪਤਾ ਨਹੀਂ ਲੱਗਦਾ ਕਿ ਉਹ ਪਤਾ ਨਹੀਂ ਕਿਹੜੇ ਵਲੇ ਕਿਸ ਤੇ ਮਤਲਬ ਜਿਹੜਾ ਉਹ ਹੋ ਜਾਏਗਾ ਉਹ ਕੋਈ ਚੀਜ਼ ਉਹਦੂ ਵੱਜੇਗੀ ਜਾਂ ਕਿਸੇ ਦੇ ਨਾਲ ਵੱਜ ਜਾਣਗੇ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਕਿ ਕੈਨ ਯੂ ਸੁਜੈਸਟ ਏ ਰੀਜ਼ਨ ਫੋਰ ਨੇਮਿੰਗ ਦਾ ਹੈੱਡ ਆਫ ਦਿਸ ਸਕੂਲ ਮਿਸ ਬੀਮ ਕਹਿੰਦੇ ਕਿ ਤੁਸੀਂ ਜਿਹੜਾ ਇਸ ਸਕੂਲ ਦੀ ਮੁਖੀ ਦਾ ਨਾਮ ਜਿਹੜਾ ਮਿਸ ਬੀਮ ਹੈ ਹੋਣ ਬਾਰੇ ਤੁਸੀਂ ਕੋਈ ਆਪਣਾ ਸੁਝਾਅ ਜਾਂ ਤਰਕ ਦੇ ਸਕਦੇ ਹੋ ਕਿ ਮਿਸ ਬੀਮ ਹੀ ਇਸ ਸਕੂਲ ਦੇ ਜਿਹੜਾ ਹੈਡ ਆ ਉਹਦਾ ਨਾਮ ਕਿਉਂ ਰੱਖਿਆ ਗਿਆ ਤੁਹਾਡਾ ਅਨਸਰ ਕੀ ਹੈ ਕਹਿੰਦੇ ਕਿ ਇਹ ਪਰਸਨ ਹੂ ਬੀਮਸ ਸਮਾਈਲ ਬਰਾਊਡਲੀ ਬਿਕੋਜ਼ ਕਹਿੰਦੇ ਕਿ ਜਿਹੜਾ ਆਦਮੀ ਰੋਸ਼ਨੀ ਦਿੰਦਾ ਹੈ ਜਾਂ ਸਮਾਈਲ ਦਿੰਦਾ ਹੈ ਉਹ ਕੀ ਕਰਦਾ ਹੀ ਐਂਡ ਸ਼ੀ ਇਸ ਹੈਪੀ ਔਰ ਪਲੀਜ਼ਡ ਅਬਾਊਟ ਸਮਥਿੰਗ ਕਹਿੰਦਾ ਕਿ ਉਹ ਔਰਤ ਵੀ ਹੋ ਸਕਦੀ ਹੈ ਤੇ ਉਹ ਆਦਮੀ ਹੈ ਜਿਹੜਾ ਕੁਝ ਕਰਦੇ ਹਨ ਤੇ ਕਰਨ ਦੇ ਵਿੱਚ ਉਹਨਾਂ ਨੂੰ ਖੁਸ਼ੀ ਲੱਭਦੀ ਹੈ ਕਿਸੇ ਵਾਸਤੇ ਕਰਨ ਚ ਖੁਸ਼ੀ ਲੱਭਦੀ ਹੈ ਮਿਸ ਬੀ ਵਾਸ ਹੈਪੀ ਅਬਾਊਟ ਟ੍ਰੇਨਿੰਗ ਹਰ ਸਟੂਡੈਂਟ ਇਨ ਥਾਉਟਫੁਲਨੈਸ ਸਿੰਪਥੀ ਐਂਡ ਹਿਊਮੈਨਿਟੀ ਕਹਿੰਦਾ ਕਿ ਮਿਸ ਬੀ ਮਨੂੰ ਜਿਹੜੇ ਆਪਣੇ ਵਿਦਿਆਰਥੀਆਂ ਨੂੰ ਚਿੰਤਨ हमदर्दी ਤੇ ਮਨੁੱਖਤਾ ਦੀ ਸਖਲਾਈ ਦੇ ਕੇ ਬਹੁਤ ਖੁਸ਼ੀ ਮਿਲਦੀ ਹੈ ਸ਼ੀ ਵਾਸ ਸੈਟੀਸਫਾਈਡ ਐਸ ਇਟ ਇਜ਼ਫਾਈਡ ਵਿਦ ਵਟ ਸ਼ੀ ਵਾਸ ਡੂਇੰਗ ਕਹਿੰਦੇ ਕਿ ਉਹ ਇਸ ਗੱਲ ਤੋਂ ਬਹੁਤ ਹੀ ਸੰਤੁਸ਼ਟ ਹੈ ਕਿ ਉਹ ਜੋ ਵੀ ਕਰ ਰਹੀ ਹੈ ਉਸ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਹੈ ਈਵਨ ਦ ਪੇਰੈਂਟਸ ਆਫ ਦ ਸਟੂਡੈਂਟ ਵਰ ਹੈਪੀ ਇਤੋਂ ਤੱਕ ਕਿ ਜਿਹੜੇ ਬੱਚਿਆਂ ਦੇ ਮਾਪਿ ਉਹ ਵੀ ਹੈ ਪੇਰੈਂਟਸ ਵੀ ਆ ਉਹ ਵੀ ਜਿਹੜੇ ਨਾ ਬਹੁਤ ਖੁਸ਼ ਹੁੰਦੇ ਨੇ ਕਿ ਸਾਡੇ ਬੱਚਿਆਂ ਵਿੱਚ ਮਨੁੱਖਤਾ ਤੇ ਮਤਲਬ ਚਿੰਤਨਸ਼ੀਲ ਬੰਦ ਰਹੇ ਨੇ ਅੱਛਾ ਨਾਗਰਿਕ ਬੰਦ ਰਹੇ ਨੇ this was the reason why she was named miss bheem as the head ਕਹਿੰਦਾ ਕਿ ਇਹੀ ਕਾਰਨ ਸੀ ਕਿ ਉਸ ਨੂੰ ਮਿਸ ਭੀਮ ਦੇ ਨਾਮ ਨਾਲ ਉਹਨੂੰ ਦਿੱਤਾ ਗਿਆ ਠੀਕ ਹੈ ਉਹਨੂੰ ਮਿਸ ਭੀਮ ਦੇ ਨਾਮ ਜਿਹੜਾ ਸਮਾਨਿਤ ਕਰਦੇ ਨੇ ਕਹਿੰਦਾ ਮਤਲਬ ਕਿ ਉਹਨੂੰ ਜਿਹੜਾ ਮਿਸ ਭੀਮ ਨਾਮ ਦਿੱਤਾ ਗਿਆ ਬਹੁਤ ਪਰਫੈਕਟ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜਾ ਤੁਹਾਡੇ ਕੁਐਸਚਨ ਹੈ ਇਹ ਕੰਪਲੀਟ ਹੋ ਗਏ ਨੇ ਸ਼ਾਰਟ ਕੁਐਸਚਨ ਆਨਸਰ ਤੇ ਨੈਕਸਟ ਵੀਡੀਓ ਚਾਹੀਏ ਤੇ ਲੌਂਗ ਕੁਐਸਚਨ ਆਨਸਰ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ